ਕੁੜੀ ਮੈਂ ਵਾਂਗੂ ਰੱਖਿਆ ਸੋਚਣ ਮੁਕਾਬਲੇ ਤੋਂ ਦੂਰਿਆਂ ਤੇ ਖੇਡਦੇ ਕਬੱਡੀ ਪੱਕੀਆ ਸੋਚਣ ਮੁਕਾਬਲੇ ਤੋਂ ਦੂਰਿਆਂ ਤੇ ਖੇਡਦੇ ਕਬੱਡੀ ਪੱਕੀਆ ਸੋਹਣਿਆ ਵੇ ਸੋਹਣੀ ਇਹ ਕੋਈ ਕਹਿਣ ਵਾਲੀ ਗੱਲ ਆ ਫੇਰ ਕਾ ਤੂੰ ਪੁੱਛੇ ਗੱਲ ਪਹਿਣ ਵਾਲੀ ਗੱਲ ਆ ਮਾਰ ਕੇ
ਕਲੈਪਿੰਗ ਜ਼ੋਰ ਦੀ। ਇਹ ਮੈਸੇਜ ਡਿਜ਼ਰਵ ਕਰਦਾ ਆਪਣੇ ਕੋਲ ਹਾਈ ਸਕੂਲ ਦੇ ਸੀਨੀਅਰ ਸੈਕੰਡਰੀ ਸਕੂਲ ਦੇ ਸਾਰੇ ਸਟਾਫ ਬੈਠੇ ਆ। ਜਿਹੜਾ ਬੱਚਾ ਵੀ ਜਿਹੜੀ ਵੀ ਕਲਾਸ 'ਚ ਡਿਜ਼ਰਵ ਕਰਦਾ ਉਸ ਕਲਾਸ 'ਚ ਭੇਜੋ, ਸਰਕਾਰੀ ਸਕੂਲ 'ਚ ਭੇਜੋ। ਤੁਸੀਂ ਦੇਖ ਰਹੇ ਹੋ ਇਹ ਸਰਕਾਰੀ ਸਕੂਲ ਦਾ ਕੈਂਪਸ ਹੈ, ਕਿੰਨਾ ਹਰਾ ਭਰਾ, ਕਿੰਨਾ ਤੁਹਾਡੀ ਰੌਣਕ ਲੱਗੀ ਹੋਈ ਹੈ, ਕਿੰਨੀ ਮਿਹਨਤ ਅਧਿਆਪਕ ਕਰ ਰਹੇ ਹੈ। ਤੁਸੀਂ ਹਾਈ ਸਕੂਲ 'ਚ ਜਾ ਕੇ ਦੇਖੋ, ਸੀਨੀਅਰ ਸੈਕੰਡਰੀ ਸਕੂਲ ਜਾ ਕੇ ਦੇਖੋ, ਅਧਿਆਪਕ ਕਿੰਨੀ ਮਿਹਨਤ ਕਰਦੇ ਆ। ਬੱਚਿਆਂ ਦੀ ਵਰਦੀ ਫਰੀ, ਬੱਚਿਆਂ ਦੀ ਕੋਈ ਫੀਸ ਨਹੀਂ, ਖਾਣਾ ਫਰੀ, ਬੱਚਿਆਂ ਨੂੰ ਹਰ ਫੈਸਿਲਿਟੀ ਫਰੀ ਹੈ। ਬੱਚਿਆਂ ਦੇ ਵਿੱਦਿਅਕ ਟੂਰ ਲਾਏ ਜਾਂਦੇ ਨੇ, ਬੱਚਿਆਂ ਦੀ ਐਗਜੀਬਿਸ਼ਨ ਲਗਾਈ ਜਾਂਦੀ ਹੈ। ਬੱਚਿਆਂ ਨੂੰ ਸਟੇਜ ਦੇ ਉੱਤੇ ਤੁਸੀਂ ਦੇਖਿਆ ਕਿੰਨਾ ਮੌਕਾ ਮਿਲਦਾ ਡਾਂਸ ਕਰਨ ਦਾ, ਪਰਫੋਰਮ ਕਰਨ ਦਾ। ਸਾਰੇ ਆਪਣੇ ਬੱਚਿਆਂ ਨੂੰ ਕੋਸ਼ਿਸ਼ ਕਰੋ ਵੱਧ ਤੋਂ ਵੱਧ ਸਰਕਾਰੀ ਸਕੂਲਾਂ 'ਚ ਦਾਖਲ ਕਰਾਓ। ਦਾਖਲੇ ਸ਼ੁਰੂ ਨੇ, ਆਪਣੇ ਬੱਚਿਆਂ ਨੂੰ ਸਕੂਲ ਲੈ ਕੇ ਆਓ। ਜਿੰਨੀ ਵੀ ਉਮਰ ਹੈ ਉਸ ਹਿਸਾਬ ਨਾਲ ਬੱਚੇ ਨੂੰ ਜਾਂ ਪ੍ਰਾਇਮਰੀ ਵਿੱਚ ਜਾਂ ਹਾਈ ਵਿੱਚ ਜਾਂ ਸੀਨੀਅਰ ਸੈਕੰਡਰੀ ਸਕੂਲ ਦਾਖਲ ਕਰੋ। ਹੋਰ ਬੱਚਿਆਂ ਦਾ ਦਾਖਲਾ ਵਧੇਗਾ ਅਤੇ ਸਕੂਲ ਵਿੱਚ ਰੌਣਕਾਂ ਵਧਣਗੀਆਂ ਅਤੇ ਸਾਰਿਆਂ ਨੂੰ ਰੁਜ਼ਗਾਰ ਵੀ ਮਿਲੇਗਾ। ਹੁਣ ਸਾਡੇ ਬੱਚਿਆਂ ਦਾ ਭਲਾ ਵੀ ਹੋਏਗਾ। ਸਾਡੇ ਸਰਕਾਰਾਂ ਇੰਨੀਆਂ ਫੈਸਿਲਿਟੀਆਂ ਦੇ ਰਹੀਆਂ, ਸਾਨੂੰ ਫਾਇਦਾ ਉਠਾਉਣਾ ਚਾਹੀਦਾ। ਸੋ ਇਸ ਕਰਕੇ ਦਾਖਲੇ ਸ਼ੁਰੂ ਹੈ, ਕੱਲ੍ਹ ਤੋਂ ਹੀ ਆਪਣੇ ਬੱਚੇ ਸਰਕਾਰੀ ਸਕੂਲਾਂ 'ਚ ਦਾਖਲ ਕਰਾਓ। ਜਿਹੜੀ ਜਿਹੜੀ ਵੀ ਕਲਾਸ ਵਿੱਚ ਉਹ ਹੋਣਾ ਚਾਹੀਦਾ, ਬਾਹਰ ਵੀ ਹੋਣਾ ਚਾਹੀਦਾ। ਕੋਈ ਝੁੱਗੀ ਚੋਪੜੀ ਵਾਲਾ ਵੀ ਬੱਚਾ ਹੈ ਉਹਨੂੰ ਵੀ ਗਾਈਡ ਕਰੋ, ਉਹਨੂੰ ਵੀ ਫੜ ਕੇ ਲਿਆਓ ਸਕੂਲੇ, ਸਾਡੇ ਕੋਲ ਦਾਖਲ ਕਰਾਓ। ਅਤੇ ਬੱਚੇ ਦਾ ਭਲਾ ਵੀ ਹੋਏਗਾ, ਟੀਚਰ ਦਾ ਭਲਾ ਵੀ ਹੋਏਗਾ ਔਰ ਸਮਾਜ ਦਾ ਭਲਾ ਵੀ ਹੋਏਗਾ। ਸੋ ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਹਾਂ ਕਿ ਦਾਖਲਾ ਵਧਾਓ ਸਕੂਲਾਂ ਵਿੱਚ, ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਦਾਖਲ ਕਰਾਓ। ਉੱਡਦੀ ਮਿੱਟੀ ਦੇ ਮੱਥੇ ਚੁੰਮੇ ਹੱਸ ਕੇ, ਕਿਹੜੇ ਸ਼ਹਿਰ ਉੱਚੋਂ ਪਰਾਸ ਹੋਇਆ ਕੁੜਤਾ ਵੀ ਸਾਨੂੰ ਜਾਵੀਂ ਦੱਸ ਕੇ।